ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਉੱਤੇ ਤਕਰੀਬਨ ਕੋਈ ਨਾ ਕੋਈ ਨਿੱਤ ਪ੍ਰਤੀ ਦਿਨ ਹਮਲਾ ਹੁੰਦਾ ਰਹਿੰਦਾ ਹੈ ਔਰ ਅਸੀਂ ਇਹ ਸਾਰੇ ਜਾਣਦੇ ਹਾਂ ਕਿ ਹਮਲਾ ਕਰਨ ਵਾਲੇ ਕਿਸੇ ਨਾ ਕਿਸੇ ਸਾਜਿਸ਼ ਦੇ ਅਧੀਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਘਟਨਾ ਨੂੰ ਅੰਜਾਮ ਦਿੰਦੇ ਰਹਿੰਦੇ ਨੇ। ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਸ਼ਖਸ ਦੀ ਵੀਡੀਓ ਵੇਖ ਰਿਹਾ। ਪਹਿਲਾਂ ਉਹਨੇ ਸਿੱਖ ਕੌਮ ਨੂੰ ਬਹੁਤ ਗਾਲਾਂ ਕੱਢੀਆਂ ਨੇ ਔਰ ਗਾਲਾਂ ਇੰਨੀਆਂ ਜ਼ਿਆਦੀਆਂ ਕੱਢੀਆਂ ਕਿ ਉਹ ਸੁਣ ਕੇ ਬੜਾ ਗੁੱਸਾ ਆਇਆ। ਕਈ ਵੀਰਾਂ ਨੇ ਬਾਅਦ ਵਿੱਚ ਉਹਨੂੰ ਬਾਂਦਰ ਨੂੰ ਧਮਕੀਆਂ ਵੀ ਦਿੱਤੀਆਂ ਵੀ ਤੇਰੀ ਹਿੰਮਤ ਕਿੱਦਾਂ ਹੋਈ ਗਾਲਾਂ ਕੱਢਣ ਦੀ। ਮੈਂ ਇੱਕ ਗੱਲ ਤੋਂ ਬੜਾ ਹੈਰਾਨ ਹੁੰਦਾ ਕਿ ਉਹ ਲੋਕ ਸਾਨੂੰ ਅੱਜ ਵੀ 2% ਕਹਿੰਦੇ ਨੇ ਕਿ ਵੇਖੋ ਜੀ ਤੁਹਾਡੀ 2% ਦੀ ਗਿਣਤੀ ਹੈ ਅਤੇ ਤੁਸੀਂ ਆਪਣਾ ਦੇਸ਼ ਮੰਗਦੇ ਹੋ, ਖਾਲਿਸਤਾਨ ਮੰਗਦੇ ਹੋ ਅਤੇ ਤੁਹਾਡੀ ਔਕਾਤ ਕੀ ਹੈ। ਭਾਵੇਂ ਉਹ ਇੱਕ ਗਾਇਕ ਦਾ ਸਪੋਰਟਰ ਹੈ ਉਹ ਸ਼ਖਸ, ਅਤੇ ਗਾਇਕ ਦਾ ਸਪੋਰਟਰ ਹੋਣ ਦੇ ਨਾਤੇ ਉਹ ਆਪਣੀ ਬਕਵਾਸ ਕਰ ਰਿਹਾ ਅਤੇ ਸਿੱਖ ਕੌਮ ਦੇ ਉੱਤੇ ਉਹ ਆਪਣੀ ਜਿਹੜੀ ਭੜਾਸ ਹੈ ਉਹ ਕੱਢ ਰਿਹਾ ਅਤੇ ਜੋ ਕੁਝ ਵੀ ਉਹ ਕਰ ਸਕਦਾ, ਜੋ ਕੁਝ ਵੀ ਉਹ ਆਖ ਸਕਦਾ, ਤਕਰੀਬਨ ਉਹਨੇ ਹਰ ਇੱਕ ਉਹ ਗੱਲ ਕਹੀ ਹੈ ਜਿਹੜੀ ਉਹ ਆਖ ਸਕਦਾ। ਉਹਦੇ ਵਿੱਚ ਉਹਨੇ ਭਾਈ ਰਾਜੂਆਣਾ ਹੋ ਗਿਆ, ਭਾਈ ਹਵਾਰਾ ਹੋ ਗਿਆ, ਜਾਂ ਸਿੱਖ ਕੌਮ ਦੇ ਹਰ ਇੱਕ ਨੁਮਾਇੰਦੇ ਨੂੰ ਉਹਨੇ ਗੱਲ ਕੱਢੀ ਹੈ, ਪੂਰੀ ਕੌਮ ਨੂੰ ਗੱਲ ਕੱਢੀ ਅਤੇ ਉਹਨੂੰ ਸੁਣ ਕੇ ਗੁੱਸਾ ਵੀ ਬਹੁਤ ਮਨ ਦੇ ਵਿੱਚ ਆਇਆ। ਮੈਂ ਕਾਫੀ ਦਿਨ ਦਾ ਬਿਜ਼ੀ ਸੀ ਪਰ ਸੋਚਿਆ ਸੀ ਵੀ ਕੋਈ ਵੀਡੀਓ ਬਣਾਵਾਂ ਅਤੇ ਇਹਨਾਂ ਬੰਦਿਆਂ ਨੂੰ ਜਵਾਬ ਦਿੱਤਾ ਜਾਵੇ, ਜਦਕਿ ਮੇਰੇ ਤੋਂ ਪਹਿਲਾਂ ਵੀ ਬਹੁਤ ਜਾਗਰੂਕ ਵੀਰ ਹੈ ਜਿਹੜੇ ਇਹਨਾਂ ਕੁੱਤਿਆਂ ਨੂੰ ਜਵਾਬ ਦੇ ਚੁੱਕੇ ਨੇ, ਪਰ ਇਹ ਕਿਉਂ ਰਾਤ ਦਿਨ ਭੌਂਕਦੇ ਨੇ ਬਸ ਇਹ ਸੋਚਣਾ ਹੈ ਆਪਾਂ। ਕਾਰਨ ਕੀ ਹੈ ਕਿ ਇਹ ਨਿੱਤ ਪ੍ਰਤੀ ਦਿਨ ਸਾਡੇ ਉੱਤੇ ਹਮਲਾ ਕਰਦੇ ਆ, ਨਿੱਤ ਪ੍ਰਤੀ ਦਿਨ ਸਾਡੇ ਉੱਤੇ ਵਰਦੇ ਆ, ਇਹਦੇ ਪਿੱਛੇ ਵਜ੍ਹਾ ਕੀ ਹੈ? ਤੇ ਉਹਨਾਂ ਕਾਰਨਾਂ ਦੇ ਵਿੱਚੋਂ ਮੈਂ ਇੱਕ ਕਾਰਨ ਲੱਭਿਆ, ਸਾਡੀ ਨਿੱਜੀ ਫੁੱਟ। ਜਿਹੜੀ ਸਾਡੀ ਨਿੱਜੀ ਫੁੱਟ ਹੈ ਨਾ, ਆਪਣੀ ਜਿਹੜੀ ਫੁੱਟ ਹੈ, ਇਹ ਫੁੱਟ ਸਾਨੂੰ ਲੈ ਕੇ ਬਹਿ ਗਈ ਹੈ। ਉਹੀ ਉਸੇ ਫੁੱਟ ਦੀ ਵਜ੍ਹਾ ਕਰਕੇ ਇਹੋ ਜਿਹੜੇ ਨੇ ਤੰਬਾਕੂ ਬੀੜੀਆਂ ਪੀਣ ਵਾਲੇ, ਪਾਨ ਖਾਣ ਵਾਲੇ ਜਿਹੜੇ ਨੇ ਕੁੱਤੇ ਜਿਹੜੇ ਲੋਕ ਨੇ, ਇਹ ਬਕਵਾਸ ਕਰਦੇ ਆ, ਇਹ ਭੌਂਕਦੇ ਆ ਕੌਮ ਦੇ ਉੱਤੇ, ਕੌਮ ਨੂੰ ਗਾਲਾਂ ਕੱਢਦੇ ਆ, ਸਾਡੀ ਕੌਮ ਦਾ ਮਜ਼ਾਕ ਉਡਾਉਂਦੇ ਆ। ਭਾਵੇਂ ਕਿ ਇਸ ਸ਼ਖਸ ਨੂੰ ਹੁਣ ਤੱਕ ਜਵਾਬ ਮਿਲ ਚੁੱਕਾ ਹੈ, ਕਾਫੀ ਵੀਰ ਜਵਾਬ ਦੇ ਚੁੱਕੇ ਨੇ, ਪਰ ਹੈਰਾਨੀ ਇਹ ਹੈ ਵੀ ਤੀਜੇ ਕੁ ਦਿਨ ਇਹ ਲੋਕ ਉੱਠ ਕੇ ਨਵੀਂ ਤੋਂ ਨਵੀਂ ਜਿਹੜੀ ਹੈ ਕੋਈ ਛੇੜ ਦਿੰਦੇ ਨੇ, ਨਵੀਂ ਤੋਂ ਨਵੀਂ ਗੱਲ ਕੱਢ ਮਾਰਦੇ ਨੇ ਔਰ ਉਹ ਵੀ ਇੱਕ ਗਾਇਕ ਦੀ ਵਜ੍ਹਾ ਕਰਕੇ ਜਿਹੜੇ ਕਿ ਗੰਦ ਪਾ ਰਹੇ ਨੇ ਪੰਜਾਬ ਦੇ ਵਿੱਚ, ਜਿਹੜੇ ਕਿ ਇੱਦਾਂ ਦੇ ਇੱਕ ਗੀਤ ਗਾਉਂਦੇ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਮੁੰਡੇ ਨਸ਼ਈ ਬਣਦੇ ਜਾ ਰਹੇ ਨੇ, ਕੁੜੀਆਂ ਵਿਗੜਦੀਆਂ ਜਾ ਰਹੀਆਂ ਨੇ, ਆਸ਼ਕੀ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਪੈਦਾ ਹੋ ਰਿਹਾ ਔਰ ਲੋਕ ਜਿਹੜੇ ਸਾਡੇ ਬੱਚੇ ਜਿਹੜੇ ਨੇ ਉਹ ਭੁੱਲ ਚੁੱਕੇ ਨੇ ਵੀ ਮਾਂ ਬਾਪ ਦੀ ਇੱਜ਼ਤ ਕੀ ਹੁੰਦੀ ਹੈ। ਔਰ ਇਹਨਾਂ ਲੋਕਾਂ ਦੇ ਸਪੋਰਟਰ ਜਿਹੜੇ ਹੈ, ਜੇ ਮੰਨ ਲਓ ਗੋਲੀ ਮਾਰੀ ਹੈ ਉਸ ਉਹਨੂੰ ਜਿਹੜਾ ਕੋਈ ਗਾਇਕ ਸੀ, ਜੇ ਉਹਨੂੰ ਮੰਨ ਲਓ ਉਹਨੂੰ ਗੋਲੀ ਮਾਰੀ ਹੈ, ਗੋਲੀ ਮਾਰਨ ਵਾਲੇ ਦਾ ਤੇ ਉਹਦਾ ਹੋ ਸਕਦਾ ਕੋਈ ਨਿੱਜੀ ਮਸਲਾ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ, ਪਰ ਇਹਦੇ ਨਾਲ ਪੂਰੀ ਕੌਮ ਨੂੰ ਥੋੜ੍ਹੀ ਘਸੀਟਿਆ ਜਾ ਸਕਦਾ ਹੈ। ਤੇ ਜਦੋਂ ਉਹ ਪੂਰੀ ਕੌਮ ਨੂੰ ਵਿੱਚ ਲੈ ਕੇ ਆਉਂਦੇ ਨੇ, ਪੂਰੀ ਕੌਮ ਨੂੰ ਟਾਰਗੇਟ ਕਰਦੇ ਨੇ, ਕੌਮ ਨੂੰ ਗਾਲ ਕੱਢਦੇ, ਫਿਰ ਗੁੱਸਾ ਮਨ ਦੇ ਵਿੱਚ ਆਉਂਦਾ। ਪਰ ਗੁੱਸੇ ਨੂੰ ਕੰਟਰੋਲ ਕਰਦੇ ਹਾਂ, ਇੱਕ ਗੱਲ ਮਨ ਦੇ ਵਿੱਚ ਜ਼ਰੂਰ ਆਉਂਦੀ ਹੈ ਵੀ ਆਪਾਂ ਉਸ ਦੇਸ਼ ਦੇ ਵਾਸੀ ਹਾਂ ਜਿਸ ਦੇਸ਼ ਦੇ ਵਿੱਚ ਸਾਡੇ ਲੋਕਾਂ ਨੇ ਬਹੁਤ ਕੁਛ ਕੀਤਾ, ਜਿਸ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਕੁਛ ਕੀਤਾ, ਜਿਸ ਦੇਸ਼ ਨੂੰ ਬਚਾਉਣ ਵਾਸਤੇ ਲੰਮੇ ਟਾਈਮ ਤੋਂ ਸਾਡੇ ਜਿਹੜੇ ਵੀਰ ਹੈ, ਸਾਡੇ ਜਿਹੜੇ ਸਿੰਘ ਹੈ, ਉਹ ਸੰਘਰਸ਼ ਕਰਦੇ ਰਹੇ ਨੇ। ਭਾਵੇਂ ਕਿ ਉਹ ਉਸ ਦੇਸ਼ ਨੂੰ ਬਚਾਉਂਦਿਆਂ ਆਪਣਾ ਰਾਜ ਭੁੱਲ ਗਏ, ਆਪਣਾ ਦੇਸ਼ ਭੁੱਲ ਗਏ, ਉਹ ਇਹ ਭੁੱਲ ਗਏ ਵੀ ਕਿਸੇ ਟਾਈਮ ਸਾਡੀ ਵੀ ਜਿਹੜੀ ਸੀ
ਬਰਬਾਦੀ ਹੋਈ ਡੋਗਰਿਆਂ ਦੀ ਵਜ੍ਹਾ ਕਰਕੇ ਸਾਡਾ ਜਿਹੜਾ ਸਿੱਖ ਰਾਜ ਸੀ ਉਹ ਜਾਂਦਾ ਰਿਹਾ, ਆਪਾਂ ਉਹਨੂੰ ਵੀ ਬਚਾਉਣਾ ਸੀ, ਪਰ ਉਹ ਉਹਨਾਂ ਨੇ ਇੱਕ ਸਾਈਡ ਤੇ ਰੱਖਿਆ ਤੇ ਪੂਰੀ ਜਿਹੜੀ ਕੌਮ ਸੀ ਉਹ ਕੇਵਲ ਇਸ ਗੱਲ ਉੱਤੇ ਕਾਇਮ ਰਹੀ ਵੀ ਆਪਾਂ ਅੰਗਰੇਜ਼ਾਂ ਨੂੰ ਬਾਹਰ ਕੱਢ ਕੇ ਤਾਂ ਜਿਹੜੀ ਗੁਲਾਮੀ ਦੀ ਜ਼ੰਜੀਰ ਪਈ ਹੋਈ ਹੈ ਉਹਨੂੰ ਆਪਾਂ ਦੂਰ ਕਰਨਾ। ਤੇ ਕਰਦਿਆਂ ਕਰਦਿਆਂ ਹੋਇਆ ਕਿ ਵੀ ਆਪਣਾ ਜਿਹੜਾ ਸਭ ਕੁਝ ਗਵਾ ਕੇ ਬਹਿ ਗਏ ਤੇ ਦੂਜਿਆਂ ਨੂੰ ਉਹਨਾਂ ਨੇ ਆਜ਼ਾਦ ਕਰਵਾ ਦਿੱਤਾ। ਪਰ ਕੋਈ ਕੀ ਗੋਲਡ ਮੈਡਲ ਮਿਲਿਆ, ਕੋਈ ਸਾਨੂੰ ਇਹਦੇ ਵਿੱਚ ਕੁਛ ਪ੍ਰਾਪਤ ਹੋਇਆ ਸਾਨੂੰ ਇਹਦੇ ਵਿੱਚ, ਥੋੜਾ ਜਿਹਾ ਆਪਾਂ ਸੋਚੀਏ ਤਾਂ ਮਿਲਿਆ ਕੀ ਹੈ? ਸਾਡੀਆਂ ਹਜ਼ਾਰਾਂ ਨਹੀਂ ਲੱਖਾਂ ਕੁਰਬਾਨੀਆਂ ਦੇ ਬਾਵਜੂਦ ਵੀ ਨਿੱਤ ਪ੍ਰਤੀ ਦਿਨ ਇਹੋ ਜਿਹੇ ਲੋਕ ਇਕੱਠੇ ਹੋ ਕੇ ਕੌਮ ਨੂੰ ਟਾਰਗੇਟ ਕਰਦੇ ਆ, ਗਾਲਾਂ ਕੱਢਦੇ ਆ। ਗਾਲਾਂ ਕੱਢਣ ਤੋਂ ਬਾਅਦ, ਔਰ ਹੈਰਾਨੀ ਇਸ ਗੱਲ ਦੀ ਹੈ ਵੀ ਪਹਿਲਾਂ ਬਕਵਾਸ ਕਰ ਲੈਂਦੇ ਆ, ਬਕਵਾਸ ਕਰਨ ਤੋਂ ਬਾਅਦ ਦੋ ਚਾਰ ਦਿਨ ਉਹਨਾਂ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ, ਜਦੋਂ ਚਾਰ ਕੁ ਧਮਕੀਆਂ ਮਿਲਦੀਆਂ ਨੇ ਫਿਰ ਉਹ ਮੂਤ ਜਾਂਦੇ ਆ, ਉਹ ਤੋਂ ਬਾਅਦ ਫਿਰ ਮਾਫ਼ੀ ਮੰਗਣੀ ਸ਼ੁਰੂ ਕਰ ਦਿੰਦੇ ਆ, ਸੌਰੀ ਮੰਗਣੀ ਸ਼ੁਰੂ ਕਰ ਦਿੰਦੇ ਆ। ਪਰ ਮੈਂ ਇਹ ਗੱਲ ਕਹਿਣਾ ਕਿ ਇਹਨਾਂ ਲੋਕਾਂ ਨੂੰ ਬਖਸ਼ਣਾ ਨਹੀਂ ਚਾਹੀਦਾ, ਇੱਕ ਵਾਰੀ ਜੂਤ ਪ੍ਰਾਂਤ ਫੇਰ ਦੇਣਾ ਚਾਹੀਦਾ। ਜਦੋਂ ਛੱਤਰ ਚਾਰਕ ਫਿਰ ਜਾਣ, ਕਾਨੂੰਨੀ ਕਾਰਵਾਈ ਵੀ ਕਰੋ, ਛੱਤਰ ਵੀ ਰੱਜ ਕੇ ਇਹਨਾਂ ਲੋਕਾਂ ਨੂੰ ਫੇਰੋ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਅਦ ਵਿੱਚ ਕੋਈ ਬਕਵਾਸ ਕਰਨ ਵਾਲਾ ਨਾ ਪੈਦਾ ਹੋਵੇ। ਇੱਕ ਪਾਸੇ ਸਾਡੇ ਜਿਹੜੇ ਆਪਣੀ ਲੋਕ ਆ ਉਹ ਕਹਿੰਦੇ ਨੇ ਜੀ ਹਿੰਦੂ ਤੇ ਸਿੱਖ ਦਾ ਨੌ ਮਾਸ ਦਾ ਰਿਸ਼ਤਾ, ਇੱਕ ਪਾਸੇ ਇਦਾਂ ਦੇ ਸ਼ਖਸ ਜਿਹੜੇ ਨੇ ਉਹ ਉੱਠ ਕੇ ਖੜੇ ਹੋ ਕੇ ਨਿੱਤ ਪ੍ਰਤੀ ਦਿਨ ਕੌਮ ਨੂੰ ਗਾਲਾਂ ਕੱਢਦੇ ਨੇ। ਤੇ ਮੈਂ ਤਾਂ ਕਹਿੰਦਾ ਵੀ ਤੰਬਾਕੂ ਖਾਣੇ ਹੋ, ਪਾਣ ਖਾ ਕੇ ਬੂਥੀਆਂ ਰੰਗੀਆਂ ਹੁੰਦੀਆਂ ਨੇ ਤੁਸੀਂ, ਤੁਹਾਨੂੰ ਪਤਾ ਹੈਗਾ ਵੀ ਕੌਮ ਦੀਆਂ ਕੁਰਬਾਨੀਆਂ ਕੀ ਹੈ, ਇਸ ਕੌਮ ਦੀ ਕੁਰਬਾਨੀ ਕੀ ਹੈ ਜਿਸ ਕੌਮ ਨੂੰ ਤੁਸੀਂ ਗਾਲਾਂ ਕੱਢਦੇ ਹੋ, ਮਾੜਾ ਕਹਿੰਦੇ ਹੋ, ਔਰ ਉਹ ਵੀ ਇੱਕ ਲੱਚੇ ਤੇ ਲੰਡੂ ਕਲਾਕਾਰਾਂ ਦੇ ਕਰਕੇ, ਔਰ ਉਹਨਾਂ ਦੀ ਦੇਣ ਕੀ ਹੈ? ਹੈ ਕੁਛ ਦੇਣ? ਮੈਂ ਹੈਰਾਨ ਹੋ ਜਾਂਦਾ ਵੀ ਜੇ ਅਸੀਂ ਆਪਣੀ ਜ਼ਬਾਨ ਤੋਂ ਕੁਛ ਇੱਦਾਂ ਦੇ ਸ਼ਬਦ ਕਹਿ ਦਈਏ ਤਾਂ ਸਾਨੂੰ ਥੋੜ੍ਹਾ ਚੰਗਾ ਨਹੀਂ ਲੱਗਦਾ, ਸਾਨੂੰ ਲੱਗਦਾ ਵੀ ਆਪਾਂ ਆਪਣੀ ਜ਼ਬਾਨ ਗੰਦੀ ਕਰ ਰਹੇ ਹਾਂ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ। ਜੰਮੂ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਦਾ ਰੇਪ ਹੁੰਦਾ ਤੇ ਮੈਂ ਟਵਿੱਟਰ ਪੜੇ ਨੇ ਭਾਜਪਾਈਆਂ ਦੇ, ਤੇ ਉਹ ਟਵਿੱਟਰ ਵਿੱਚ ਇਹ ਗੱਲ ਕਹਿੰਦੇ ਨੇ ਵੀ ਵਧੀਆ ਹੋ ਗਿਆ ਉਹ ਮਰ ਗਈ। ਉਹ ਛੋਟੀ ਜਿਹੀ ਬੱਚੀ ਦਾ ਰੇਪ ਹੁੰਦਾ ਮੰਦਿਰ ਦੇ ਵਿੱਚ, ਇਹ ਕੌਮ ਹੈ ਇਹਨਾਂ ਦੀ। ਇੱਕ ਪਾਸੇ ਕਹਿੰਦੇ ਨੇ ਜੀ ਮੰਦਰ ਦੇ ਵਿੱਚ ਕੋਈ ਦਲਿਤ ਵੜ ਜਾਏ, ਨੀਵੀਂ ਜਾਤ ਵਾਲਾ ਵੜ ਜਾਏ ਤੇ ਮੰਦਰ ਜਿਹੜਾ ਉਹ ਭ੍ਰਿਸ਼ਟ ਹੋ ਜਾਂਦਾ, ਤੇ ਦੂਜੇ ਪਾਸੇ ਉਸੇ ਮੰਦਰ ਦੇ ਵਿੱਚ ਕਈ ਕਈ ਦਿਨ ਇੱਕ ਛੋਟੀ ਜਿਹੀ ਬੱਚੀ ਨੂੰ ਰੱਖ ਕੇ ਤੇ ਉਹਦੇ ਨਾਲ ਰੇਪ ਕਰਦੇ ਨੇ, ਬਲਾਤਕਾਰ ਕਰਦੇ ਨੇ, ਭੁੱਖੀ ਰੱਖ ਕੇ ਉਹਨੂੰ ਨਸ਼ੇ ਦੀਆਂ ਦਵਾਈਆਂ ਦਿੰਦੇ ਨੇ ਤੇ ਉਹਦੇ ਨਾਲ ਗਲਤ ਕੀਤਾ ਜਾਂਦਾ, ਫਿਰ ਉਸ ਬੱਚੀ ਨੂੰ ਕਤਲ ਕਰਕੇ ਜੰਗਲ ਵਿੱਚ ਬਾਹਰ ਸੁੱਟ ਦਿੱਤਾ ਜਾਂਦਾ ਤੇ ਇਹਨਾਂ ਦਾ ਕੁਛ ਵਿਗੜਦਾ ਨਹੀਂ ਹੈ। ਤੇ ਟਵਿੱਟਰ ਇਹ ਕਰਦੇ ਨੇ ਜੀ ਵਧੀਆ ਹੋ ਗਿਆ ਵੱਡੀ ਹੋ ਕੇ ਉਹਨੇ, ਤੇ ਉਹਨੇ ਤੇ ਬੰਬ ਬਣਨਾ ਸੀ, ਉਹਨੇ ਅੱਤਵਾਦੀ ਬਣਨਾ ਸੀ, ਆਹ ਸ਼ਬਦ ਵਰਤੇ ਜਾਂਦੇ, ਕਿੱਥੇ ਇਨਸਾਫ ਹੈ? ਜੇ ਕੋਈ ਸਿੱਖ ਗੱਲ ਕਰੇ ਤਾਂ ਉਹ ਅੱਤਵਾਦੀ ਹੋ ਗਿਆ, ਮੁਸਲਮਾਨ ਗੱਲ ਕਰੇ ਤਾਂ ਉਹ ਅੱਤਵਾਦੀ ਹੋ ਗਿਆ, ਤੇ ਜੇ ਇਹ ਭਗਵੇ ਲੋਕ ਗੱਲ ਕਰਨ ਤਾਂ ਫਿਰ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਮਾੜੇ ਨੇ, ਸਾਰੇ ਮਾੜੇ ਨਹੀਂ ਹੈ, ਬਹੁਤ ਚੰਗੇ ਨੇ, ਬੜੀਆਂ ਹਿੰਦੂ ਫੈਮਿਲੀਆਂ ਨੇ ਜਿਨ੍ਹਾਂ ਨਾਲ ਸਾਡਾ ਬੜਾ ਪਿਆਰ ਹੈ, ਬੜੀ ਰਿਸਪੈਕਟ ਕਰਦੇ ਨੇ ਸਾਡੀ, ਆਪਾਂ ਵੀ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਹਾਂ, ਇਹ ਨਹੀਂ ਆਪਾਂ ਕਹਿੰਦੇ ਵੀ ਉਹ ਸਾਰੇ ਮਾੜੇ ਹੈ, ਲੇਕਿਨ ਇਹ ਜ਼ਰੂਰ ਸੋਚਣ 'ਤੇ ਮਜਬੂਰ ਹੋਣਾ ਪੈਂਦਾ ਹੈ ਵੀ ਕੀ ਵਜ੍ਹਾ, ਕੀ ਕਾਰਨ ਕਿ ਨਿੱਤ ਪ੍ਰਤੀ ਦਿਨ ਇਹ ਟਾਰਗੇਟ ਕਰਦੇ ਸਨ, ਕਿਸੇ ਨਾ ਕਿਸੇ ਕਾਰਨ ਕਰਕੇ, ਕਿਸੇ ਨਾ ਕਿਸੇ ਵਜ੍ਹਾ ਕਰਕੇ ਕੋਈ ਨਾ ਕੋਈ ਜਿਹੜਾ ਨਵੇਂ ਤੋਂ ਨਵਾਂ ਸਿਆਪਾ ਜਿਹੜਾ ਉਹ ਖੜਾ ਕਰੀ ਰੱਖਦੇ ਨੇ। ਪਰ ਉੱਥੇ ਨਾਲ ਇਹ ਵੀ ਸੋਚਣਾ ਪੈਂਦਾ ਸਾਨੂੰ ਵੀ ਕਿ ਸਾਡੀ ਆਪਣੀ ਹੈਗੀ ਹੈ, ਥੋੜ੍ਹੀ ਬਹੁਤੀ ਏਕਤਾ ਹੈਗੀ ਸਾਡੀ ਆਪਣੀ,
ਅਸੀਂ ਕਿੰਨੇ ਕੁ ਇਕੱਠੇ ਹੋਏ ਹਾਂ। ਸਾਡੇ ਗੁਰਦੁਆਰਿਆਂ ਵਿੱਚ ਲੜਾਈਆਂ ਹੁੰਦੀਆਂ ਨੇ ਤਾਂ ਅਸੀਂ ਉਹ ਉਹਨਾਂ ਲੜਾਈਆਂ ਨੂੰ ਦੁਨੀਆਂ ਵਿੱਚ ਲੈ ਕੇ ਆਉਂਦੇ ਹਾਂ। ਇੱਕ ਸਿੱਖ ਦੂਜੇ ਸਿੱਖ ਨਾਲ ਲੜ ਰਿਹਾ ਹੈ, ਦੋਨੋਂ ਭਰਾ ਹੀ ਹੈ। ਜਦੋਂ ਅਸੀਂ ਇੱਕ ਪਰਿਵਾਰ ਦੇ ਵਿੱਚ ਹੁੰਦੇ ਹਾਂ, ਮੰਨ ਲਓ 8-10 ਜਾਣੇ ਇੱਕ ਪਰਿਵਾਰ ਵਿੱਚ ਰਹਿੰਦੇ, ਕੀ ਉੱਥੇ ਲੜਾਈਆਂ ਨਹੀਂ ਹੁੰਦੀਆਂ? ਤੇ ਮਾੜੀਆਂ ਮੋਟੀਆਂ ਜਦੋਂ ਉੱਥੇ ਲੜਾਈ ਹੋ ਜਾਵੇ, ਮਾੜੀ ਮੋਟੀ ਕੋਈ ਪ੍ਰੋਬਲਮ ਆ ਜਾਵੇ, ਤੇ ਕੀ ਅਸੀਂ ਆਪਣੀ ਉਹਦੀ ਵੀਡੀਓ ਬਣਾ ਕੇ ਬਾਹਰ ਫੈਲਾਉਂਦੇ ਹਾਂ ਵੀ ਅੱਜ ਜੀ ਸਾਡੇ ਘਰ ਦੇ ਵਿੱਚ ਲੜਾਈ ਹੋਈ ਤੇ ਨਿੱਕੇ ਭਰਾ ਨੇ ਵੱਡੇ ਭਰਾ ਦੀ ਪੱਗ ਲਾ ਦਿੱਤੀ, ਵੱਡੇ ਨੇ ਨਿੱਕੇ ਨੂੰ ਕੁੱਟ ਦਿੱਤਾ। ਉਹ ਲੜਾਈਆਂ ਤਾਂ ਨਿੱਤ ਪ੍ਰਤੀ ਦਿਨ ਹੁੰਦੀਆਂ ਨੇ। ਅਸੀਂ ਵੀਡੀਓ ਬਣਾ ਕੇ ਬਾਹਰ ਲੈ ਕੇ ਜਾਂਦੇ ਵੀ ਅੱਜ ਸਾਡੇ ਘਰ ਵਿੱਚ ਲੜਾਈ ਹੋਈ ਤੇ ਅਸੀਂ ਚੱਕ ਕੇ ਫੇਸਬੁੱਕ ਤੇ ਪਾਉਂਦੇ ਹਾਂ। ਇੱਕ ਪਾਸੇ ਸਾਡੀ ਗੁਰਬਾਣੀ ਕਹਿੰਦੀ ਹੈ ਸਾਨੂੰ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਵੀ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਰਹਿਣਾ। ਜੇ ਲੜਾਈ ਝਗੜਾ ਗੁਰੂ ਘਰ ਦੇ ਵਿੱਚ ਹੋ ਜਾਵੇ, ਮੈਂ ਸ਼ੁਰੂਆਤ ਕੀਤੀ ਸੀ ਨਾ ਵੀ ਇਹ ਜੇਕਰ ਬਾਂਦਰ ਮੂਹੇ ਲੋਕ ਬੋਲਦੇ ਨੇ, ਉਹਦੇ ਪਿੱਛੇ ਕਾਰਨ ਸਾਡਾ ਵੀ ਹੈ, ਕਿਉਂਕਿ ਆ ਸਾਡੇ ਵਿੱਚ ਕਿਹੜੀ ਏਕਤਾ ਹੈ। ਇੰਨੀ ਕੁ ਗੱਲ ਹੁੰਦੀ, ਨਿੱਕੀ ਜਿਹੀ ਗੱਲ ਹੁੰਦੀ ਹੈ, ਅਸੀਂ ਫੈਲਾ ਦਿੰਦੇ ਹਾਂ ਦੁਨੀਆਂ ਦੇ ਵਿੱਚ। ਮਿੰਟੋ ਮਿੰਟੀ ਕੌਣ ਫੈਲਾਉਂਦਾ ਹੈ? ਆਪਾਂ ਫੈਲਾਉਂਦੇ ਹਾਂ। ਜਲੂਸ ਕੌਣ ਕੱਢਦਾ ਹੈ? ਆਪਣਾ ਆਪਾਂ ਖੁਦ ਕੱਢਦੇ ਹਾਂ। ਤੇ ਜਦੋਂ ਅਸੀਂ ਆਪਣੇ ਪਰਿਵਾਰ ਦੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਲੜਾਈਆਂ ਹੁੰਦੀਆਂ ਨੇ, ਜੰਗਾਂ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਲੁਕਾ ਕੇ ਰੱਖਦੇ ਹਾਂ, ਤੇ ਗੁਰਦੁਆਰਾ ਜਿਹੜਾ ਹੁੰਦਾ ਜਿੱਥੇ ਅਸੀਂ ਬਹਿ ਕੇ ਸਾਰੇ ਲੰਗਰ ਛਕਦੇ ਹਾਂ, ਜਿੱਥੇ ਬੈਠ ਕੇ ਅਸੀਂ ਕੀਰਤਨ ਜਾਂ ਕਥਾ ਸੁਣਦੇ ਹਾਂ, ਜਿੱਥੇ ਬੈਠ ਕੇ ਗੁਰੂ ਦੀ ਹਜ਼ੂਰੀ ਵਿੱਚ ਆਨੰਦ ਮਾਣਦੇ ਹਾਂ, ਜੇ ਉੱਥੇ ਰਹਿਣ ਵਾਲੇ 4 ਜਾਣੇ ਲੜ ਪੈਣ, ਮੰਨ ਲਓ ਤਾਂ ਲੜਾਈਆਂ ਵੀ ਕਿਹੜੀਆਂ ਵੱਡੀਆਂ ਥੋੜੀ ਲੜਾਈਆਂ, ਨੋਰਮਲ ਹੀ ਹੈ। ਜੇ ਉੱਥੇ ਰਹਿਣ ਵਾਲੇ 4 ਜਣ ਮੰਨ ਲਓ ਲੜ ਪੈਂਦੇ ਨੇ, ਤੇ ਉਹ ਫਿਰ ਉਹ ਕੀ ਹੈ ਕਿ ਅਸੀਂ ਉਹਨੂੰ ਦਬਾ ਨਹੀਂ ਸਕਦੇ? ਦਬਾ ਵੀ ਸਕਦੇ ਹਾਂ, ਪਰ ਸਾਡੀ ਪ੍ਰੋਬਲਮ ਇਹ ਹੈ ਵੀ ਆਪਾਂ ਵੀਡੀਓ ਬਣਾਉਂਦੇ ਹਾਂ ਉਸੇ ਟਾਈਮ। ਵੀਡੀਓ ਬਣਾਓ ਤੇ ਬਾਹਰ ਫੈਲਾ ਦਿਓ ਜੀ। ਆਪਾਂ ਵੀਡੀਓ ਬਣਾ ਬਣਾ ਕੇ ਆਪਣਾ ਹੀ ਜਿਹੜਾ ਢਿੱਡ ਆ ਉਹ ਨੰਗਾ ਕਰਦੇ ਹਾਂ ਲੋਕਾਂ ਸਾਹਮਣੇ। ਪਰ ਇੱਕ ਧਿਰ ਹੁੰਦੀ ਹੈ ਉਹ ਜੀ ਉਹ ਧੂਤੇ ਆ ਜੀ, ਦੂਜੀ ਧਿਰ ਹੁੰਦੀ ਹੈ ਜੀ ਉਹ ਮਿਸ਼ਨਰੀ ਹੈ ਜੀ, ਉਹ ਜੀ ਡੰਗਰ ਹੈ ਜੀ, ਫਲਾਣੇ ਹੈ ਜੀ, ਢੀਂਗੜਾ ਜੀ, ਇਹ ਸ਼ਬਦ ਵਰਤੇ ਜਾਂਦੇ ਨੇ। ਹੈ ਤੁਸੀਂ ਇਕੱਠੇ ਹੋ, ਹੈ ਆਪਾਂ ਸਾਰੇ ਇਕੱਠੇ ਹਾਂ, ਮਨਾ ਆਪਾਂ ਵਿਸਾਖੀ ਰਹੇ ਹੁੰਦੇ ਹਾਂ ਤੇ ਗੁਰਦੁਆਰਿਆਂ ਵਿੱਚ ਆਪਾਂ ਡਾਂਗਾਂ ਚਲਾਉਂਦੇ ਹਾਂ, ਹੈ ਕੋਈ ਸਾਡੀ ਏਕਤਾ? ਚਲੋ ਜੇਕਰ ਕਿਤੇ ਐਸਾ ਹੋ ਵੀ ਜਾਂਦਾ ਤਾਂ ਮੈਂ ਰਿਕੁਐਸਟ ਕਰਦਾ ਹੱਥ ਜੋੜ ਕੇ, ਵੀਰੋ ਐਵੇਂ ਵੀਡੀਓ ਬਣਾ ਬਣਾ ਕੇ ਲੋਕਾਂ ਦੇ ਮੂਹਰੇ ਨਾ ਪੇਸ਼ ਕਰਿਆ ਕਰੋ, ਜੱਗ ਦੇ ਵਿੱਚ ਹਾਸਾ ਨਾ ਪਾਓ ਆਪਣਾ। ਇਹੋ ਜਿਹੇ ਲੰਡੂ ਬੰਦੇ ਜਿਹੜੇ ਨੇ ਉਹਨਾਂ ਨੂੰ ਮੌਕਾ ਦਿੰਦੇ ਹਾਂ ਅਸੀਂ ਲੋਕ, ਤਾਂ ਉਹ ਬਕਵਾਸ ਕਰਦੇ ਨੇ ਇੱਦਾਂ ਦੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਤੇ ਆਪਸ ਵਿੱਚ ਲੜੀ ਜਾਂਦੇ ਨੇ, ਇਹਨਾਂ ਨੂੰ ਕਿਹੜੀ ਹੈ, ਜਿੰਨੇ ਮਰਜ਼ੀ ਗਾਲਾਂ ਕੱਢੀ ਜਾਓ, ਜੋ ਮਰਜ਼ੀ ਇਹਨਾਂ ਨੂੰ ਕਹੀ ਜਾਓ। ਸੋ ਜਦੋਂ ਸਾਡਾ ਛੱਤਰ ਕਾਇਮ ਹੋਊਗਾ ਨਾ, ਫਿਰ ਇੱਦਾਂ ਦੇ ਜਿਹੜੇ ਪਾਣ ਖਾਣੇ ਖਾਣ ਵਾਲੇ ਜਿਹੜੇ ਲੋਕ ਨੇ, ਬਾਂਦਰ ਦੀਆਂ ਬੂਥੀਆਂ ਵਾਲੇ ਜਿਹੜੇ ਲੋਕ ਨੇ, ਬਕਵਾਸ ਨਹੀਂ ਕਰਨਗੇ। ਛੱਤਰ ਆਪਣਾ ਕਾਇਮ ਰੱਖੋ, ਆਪਣੀ ਅਣਖ ਰੱਖੋ, ਆਪਣੀ ਇੱਜ਼ਤ ਰੱਖੋ, ਆਪਣੀ ਗੈਰਤ ਨੂੰ ਬਚਾ ਕੇ ਰੱਖੋ, ਆਪਣੇ ਗੁਰੂ ਦੇ ਨਾਲ ਜੁੜ ਕੇ ਰਹੋ, ਆਪਣੇ ਗੁਰੂ ਦੇ ਨਾਲ। ਸਾਡੇ ਗੁਰੂ ਨੇ ਸਾਨੂੰ ਇਹਦਾ ਕੀਤਾ, ਮੁੱਠੀ ਬੰਦ ਕੀਤਾ। ਮੈਂ ਬਹੁਤ ਵਾਰ ਜਦੋਂ ਮੈਂ ਕਥਾ ਕਰਦਾ, ਇੱਕ ਮੈਂ ਗੱਲ ਕਿਹਾ ਕਰਦਾ ਵੀ ਇਹ 5 ਸਾਡੀਆਂ ਉਂਗਲਾਂ ਨੇ, 5 ਉਂਗਲਾਂ ਨੇ, ਮੰਨ ਲਓ ਇੱਕ ਉਂਗਲ ਕਿਸੇ ਵੱਲ ਕੀਤੀ ਜਾਵੇ, ਅਗਲੇ ਤੋੜ ਕੇ ਹੱਥ 'ਚ ਫੜਾ ਦਿੰਦੇ ਆ। ਤੇ ਜੇ ਮੰਨ ਲਓ ਜਿਹੜੀਆਂ 5 ਦੀਆਂ 5 ਉਂਗਲਾਂ ਇਕੱਠੀਆਂ ਆਉਣ, ਤੇ ਇਹਨੂੰ ਕਹਿੰਦੇ ਨੇ ਮੁੱਠ, ਇਹ ਮੁੱਠ ਬਣ ਜਾਂਦੀ ਹੈ। ਤੇ ਮੁੱਠ ਕਿਸੇ ਦੇ ਮੂੰਹ ਤੇ ਮਾਰੀ ਜਾਵੇ ਨਾ ਇੱਕ ਵਾਰੀ, ਤੇ ਦੰਦ ਕੱਢ ਕੇ ਬਾਹਰ ਸੁੱਟ ਦੇਗੀ। ਉਂਗਲ ਨਾਲ ਕੁਛ ਕਰ ਸਕੋਗੇ ਤੁਸੀਂ? ਇਕੱਲੀ ਇਕੱਲੀ ਉਂਗਲ ਨੂੰ ਤੋੜ ਕੇ ਹੱਥ 'ਚ ਫੜਾ ਦੇਣਗੇ ਅਗਲੇ। ਆਪਾਂ ਕੀ ਹਾਂ? ਆਪਾਂ ਇਕੱਲੇ ਇਕੱਲੇ ਹੁਣ ਆਪਾਂ ਇਕੱਲੇ ਇਕੱਲੇ ਹਾਂ, ਇਕੱਲੇ ਇਕੱਲੇ ਹੋਣ ਕਰਕੇ ਉਹ ਸਾਡੇ 'ਤੇ ਹਮਲਾ ਕਰਦੇ ਆ, ਸਾਡੇ ਜਿਹੜੇ ਸ਼ਹੀਦ ਆ ਉਹਨਾਂ ਨੂੰ ਮਾੜਾ ਬੋਲਦੇ ਆ, ਸਾਡੇ ਜਿਹੜੇ ਸਿੱਖ ਕੌਮ ਦੇ ਹੀਰੇ ਆ ਹਵਾਰੇ ਵਰਗੇ ਉਹਨਾਂ ਨੂੰ ਮਾੜਾ ਬੋਲਦੇ ਆ,
ਜਿਹੜੇ ਕੌਮ ਦੇ ਵਾਸਤੇ ਕੁਛ ਕਰ ਰਹੇ ਆ ਸਾਡੇ ਵੀਰ, ਉਹਨਾਂ ਨੂੰ ਮਾੜਾ ਬੋਲਦੇ ਆ, ਕਿਉਂਕਿ ਆਪਾਂ ਇਕੱਲੇ ਆ, ਇੱਦਾਂ ਇਕੱਲੀ ਉਂਗਲ ਵਾਂਗੂ ਆਪਾਂ ਇੱਦਾਂ ਨਹੀਂ ਆ। ਤੇ ਜਦੋਂ ਆਪਾਂ ਇੱਦਾਂ ਹੋ ਗਏ ਨਾ, ਏਕਤਾ ਦੇ ਵਿੱਚ ਵੀਰੋ ਬੜਾ ਬਲ ਹੁੰਦਾ, ਜਦੋਂ ਆਪਾਂ ਇੱਦਾਂ ਹੋ ਗਏ ਇਕੱਠੇ ਹੋ ਗਏ ਫਿਰ ਕਿਸੇ ਦੀ ਹਿੰਮਤ ਨਹੀਂ ਹੈ। ਤੇ ਉਹ ਮੇਰੇ ਖਿਆਲ ਦੇ ਵਿੱਚ ਇਕੱਠੇ ਹੋਣ ਵਾਲੀ ਗੱਲ ਹੈ, ਬਹੁਤ ਦੂਰ ਆ, ਕਿਉਂਕਿ ਆਪਸੀ ਲੜਾਈਆਂ ਸਾਡੀਆਂ ਬੜੀਆਂ, ਸਾਡੇ ਝਗੜੇ ਬੜੇ ਆ। ਚਲੋ ਖੈਰ ਉਹ ਰਹਿੰਦੇ ਹੀ ਹੈ, ਹੁਣ ਮੁਸਲਮਾਨਾਂ 'ਚ ਕਿਹੜੇ ਨਹੀਂ ਹੈਗੇ, ਸ਼ੀਆ ਸੁੰਨੀ ਦਾ ਘੱਟ ਝਗੜਾ ਹੈ, ਈਸਾਈਆਂ ਦੇ ਵਿੱਚ ਕਿਹੜੇ ਝਗੜੇ ਨਹੀਂ, ਉਹਨਾਂ ਦੇ ਵੀ ਆਪਣੇ ਬਥੇਰੇ ਧੜੇ ਆ, ਬਥੇਰੇ ਲੜਦੇ ਰਹਿੰਦੇ ਉਹ ਆਪਸ ਦੇ ਵਿੱਚ ਵੀ। ਪਰ ਕਿੰਨੀਆਂ ਕੋਈ ਵੀਡੀਓ ਆਪਾਂ ਉਹਨਾਂ ਦੀਆਂ ਵੇਖਦੇ ਹਾਂ, ਸਾਡੀਆਂ ਤਾਂ ਨਿੱਤ ਪ੍ਰਤੀ ਦਿਨ ਪਈਆਂ ਹੁੰਦੀਆਂ ਨੇ, ਤੇ ਇਹੋ ਜਿਹੇ ਲੰਡੂ ਜੇ ਬੰਦੇ ਉੱਠ ਕੇ ਫਿਰ ਬਕਵਾਸ ਕਰਨੀ ਸ਼ੁਰੂ ਕਰ ਦਿੰਦੇ ਆ। ਸੋ ਖੈਰ ਮੈਨੂੰ ਪਤਾ ਮੈਨੂੰ ਜਵਾਬ ਮਿਲ ਜਾਏਗਾ, ਭਾਵੇਂ ਕਿ ਇਸ ਲੰਡੂ ਬੰਦੇ ਨੇ ਮਾਫ਼ੀ ਮੰਗੀ ਹੈ, ਬੈੱਡ 'ਤੇ ਪੈ ਕੇ ਲੰਮੇ ਪੈ ਕੇ ਬਕਵਾਸ ਜੀ ਮਾਰੀ ਹੈ ਵੀ ਮੈਂ ਮਾਫ਼ੀ ਮੰਗਦਾ। ਇਹ ਮਾਫ਼ੀ ਮੂਫ਼ੀ ਕੋਈ ਨਹੀਂ ਮੰਗਦੇ, ਮਾਫ਼ੀ ਮੰਗਣ ਵਾਲੇ ਦੀਆਂ ਅੱਖਾਂ ਹੋਰ ਹੁੰਦੀਆਂ ਨੇ, ਪਛਾਣੀਆਂ ਜਾਂਦੀਆਂ ਨੇ। ਮਾਫ਼ੀ ਨਹੀਂ ਇਹਨੇ ਮੰਗੀ, ਇਹਨੇ ਡਰਾਮਾ ਕੀਤਾ ਵੀ ਪਹਿਲਾਂ ਬਕਵਾਸ ਕਰ ਲਈ ਹੈ ਅਤੇ ਪਿੱਛੇ ਇਹਦੇ ਕੁਝ ਯਾਰ ਦੋਸਤ ਹੈ ਉਹ ਕਹਿੰਦੇ ਨੇ ਜੀ ਇਹ 2% ਹੈ, 2% ਹੈ, ਅਤੇ 2% ਜਦੋਂ ਫਿਰ 76 ਫਿਰਦਾ, ਪਤਾ ਫਿਰ ਲੱਗਦਾ ਵੀ 2% ਹੁੰਦਾ ਕੀ ਹੈ। ਜਿੰਨਾ ਮਰਜ਼ੀ ਕੁਛ ਕਰ ਲਓ, ਇਹਨਾਂ ਵਾਸਤੇ ਤੁਸੀਂ 2% ਹੀ ਰਹਿਣਾ। ਕਿ ਆਪਾਂ 2% ਆ, ਕਰੋੜਾਂ ਦੀ ਗਿਣਤੀ ਹੈ ਸਿਕਲੀ ਗਰ ਵੀਰਾਂ ਦੀ, ਉਹ ਕੀ ਉਹ ਸਿੱਖ ਨਹੀਂ ਹੈ ਜਿਹਨਾਂ ਨੂੰ ਅੱਜ ਤੱਕ ਸਰਕਾਰਾਂ ਨੇ ਸਿੱਖ ਨਹੀਂ ਮੰਨਿਆ, ਜਿਹਨਾਂ ਦੀ ਅੱਜ ਤੱਕ ਮੇਰੇ ਖਿਆਲ 'ਚ ਵੋਟ ਹੀ ਨਹੀਂ ਬਣੀ ਉਹ ਵਿਚਾਰਿਆਂ ਨੂੰ, ਮੰਨਦੇ ਨਹੀਂ ਉਹ ਵੀ ਇੱਥੋਂ ਦੇ ਰਹਿਣ ਵਾਲੇ, ਕਿ ਉਹ ਸਾਡੀ ਕੌਮ ਦਾ ਹਿੱਸਾ ਨਹੀਂ ਹੈ। ਕਿਹਨੇ ਬਾਬਾ ਰਵਿਦਾਸ ਸਾਹਿਬ ਜੀ ਨੂੰ ਮੰਨਣ ਵਾਲੇ ਜਿਹੜੇ ਸਿੱਖ ਬਣੇ ਨੇ, ਸਰਦਾਰ ਬਣੇ ਨੇ, ਉਹ ਸਾਡੀ ਕੌਮ ਦਾ ਹਿੱਸਾ ਨਹੀਂ। ਕਿੰਨੀਆਂ ਹੋਰ ਕੌਮਾਂ ਨੇ ਜਿਹਨਾਂ ਦੇ ਵਿੱਚ ਸਿੱਖ ਨੇ, ਕਿ ਉਹ ਸਾਡਾ ਹਿੱਸਾ ਨਹੀਂ, ਕਿ ਆਪਾਂ 2% ਆ? ਨਹੀਂ, ਭਾਵੇਂ ਲਿਖਤੀ ਕੁਛ ਵੀ ਹੋਵੇ ਆਪਾਂ ਤਾਂ ਕਰੋੜਾਂ ਵਾਂ ਅਤੇ ਕਈ ਪਰਸੈਂਟ ਆ ਆਪਾਂ, ਪਰ ਉਹ ਸਾਨੂੰ 2% ਅੱਜ ਤੱਕ ਕਹੀ ਜਾਂਦੇ ਨੇ। ਪਰ ਇੱਕ ਮੈਂ ਨਾਲ ਵੀ ਇਹ ਵੀ ਆਪਾਂ ਗੱਲ ਕਰ ਦਈਏ ਕਿ ਸ਼ੇਰਾਂ ਦੀ ਗਿਣਤੀ ਘੱਟ ਹੀ ਹੁੰਦੀ ਹੈ, ਆਪਾਂ ਸਾਰੇ ਮੰਨਦੇ ਹਾਂ, ਪਰ ਕੀ ਝੁਕਦਾ ਸ਼ੇਰ? ਮਰਨ ਮਰ ਜਾਏਗਾ, ਝੁਕਦਾ ਨਹੀਂ ਉਹ। ਸੋ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਤੁਹਾਨੂੰ, ਕੌਮ ਦੇ ਵਿੱਚ ਏਕਤਾ ਬਹੁਤ ਜ਼ਰੂਰੀ ਹੈ, ਏਕਤਾ ਜ਼ਰੂਰ ਬਣਾਓ, ਪਿਆਰ ਬਣਾ ਕੇ ਰੱਖੋ। ਐਵੇਂ ਨਿੱਕੀਆਂ ਨਿੱਕੀਆਂ ਲੜਾਈਆਂ ਝਗੜੇ ਜਿਹੜੇ ਗੁਰੂ ਘਰਾਂ ਦੇ ਵਿੱਚ ਆਮ ਹੁੰਦੇ ਰਹਿੰਦੇ ਨੇ, ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਨਾ ਐਵੇਂ ਅਪਲੋਡ ਨਾ ਕਰਿਆ ਕਰੋ ਫੇਸਬੁੱਕ ਦੇ ਉੱਤੇ। ਇਹ ਆਪਣਾ ਹੀ ਮਜ਼ਾਕ ਹੈ, ਤੁਸੀਂ ਕੀ ਖੱਟ ਰਹੇ ਹੋ, ਕੁਛ ਪ੍ਰਾਪਤ ਕਰ ਰਹੇ ਹੋ? ਆਪਣਾ ਹੀ ਮਜ਼ਾਕ ਹੈ, ਉਡਾਈ ਜਾ ਰਹੇ ਆਪਾਂ, ਉਹਦਾ ਕੋਈ ਫਾਇਦਾ ਨਹੀਂ। ਫਿਰ ਜਦੋਂ ਕਿਤੇ ਗੱਲਬਾਤ ਹੁੰਦੀ ਹੈ ਤੇ ਇਹੋ ਜਿਹੇ ਲੰਡੂ ਜਿਹੜੇ ਲੋਕ ਨੇ ਉਹ ਫਿਰ ਸਾਡੇ ਸਾਹਮਣੇ ਮੂਵੀਆਂ ਰੱਖ ਦਿੰਦੇ, ਲਓ ਜੀ ਤੁਸੀਂ ਆਪ ਤੇ ਪੱਗਾਂ ਲਾਉਂਦੇ ਇੱਕ ਦੂਜੇ ਦੀਆਂ, ਜੇ ਆਪਾਂ ਲਾ ਦਿੱਤੀ ਤੇ ਫਿਰ ਕੀ ਹੋ ਗਿਆ? ਪਰ ਇਹ ਗਲਤ ਹੈ, ਐਸਾ ਕਰਨਾ ਨਹੀਂ ਚਾਹੀਦਾ ਸਾਨੂੰ ਸਾਰਿਆਂ ਨੂੰ। ਪਿਆਰ ਬਣਾ ਕੇ ਰੱਖੋ, ਕੌਮ ਦੇ ਵਿੱਚ ਇਤਫਾਕ ਹੋਵੇ, ਪਿਆਰ ਹੋਵੇ, ਇਹ ਤੋਂ ਵੱਡੀ ਦੁਨੀਆਂ ਵਿੱਚ ਹੋਰ ਕੋਈ ਚੀਜ਼ ਨਹੀਂ। ਸੋ ਜਿਹੜੀਆਂ ਬੇਨਤੀਆਂ ਕੀਤੀਆਂ ਨੇ ਸਵੀਕਾਰ ਕਰਿਓ, ਅਤੇ ਇੱਦਾਂ ਦੇ ਲੰਡੂ ਜਿਹੜੇ ਲੋਕ ਨੇ ਉਹਨਾਂ ਦੀ ਭੁਗਤ ਸਵਾਰਨੀ ਬਹੁਤ ਜ਼ਰੂਰੀ ਹੁੰਦੀ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਪਤਾ ਲੱਗ ਸਕੇ ਵੀ ਸਿੱਖ ਕੌਮ ਹੈ ਕੀ ਹੈ ਅਤੇ ਸਿੱਖ ਕੌਮ ਆਪਣੇ ਯੋਧਿਆਂ ਦਾ ਕਿੱਦਾਂ ਸਤਿਕਾਰ ਕਰਦੀ ਹੈ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।